ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਆ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਗੁਰਪੁਰਬ ਦੀ ਪੂਰੇ ਭਾਰਤ ਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਦਾਸ ਕੁਲਵਿੰਦਰ ਸਿੰਘ ਸੂਲਪੁਰ ਵੱਲੋਂ ਲੱਖ ਲੱਖ ਵਧਾਈ ਹੋਵੇ। ਮੈਂ ਨਾਲ ਹੀ ਅਪੀਲ ਕਰਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦੱਸੇ ਹੋਏ ਰਸਤਿਆਂ 'ਤੇ ਮਾਰਗ 'ਤੇ ਸਾਨੂੰ ਚੱਲਣ ਦੀ ਲੋੜ ਆ। ਅੱਜ ਸਾਡਾ ਪੂਰਾ ਪੰਜਾਬ ਭਟਕਿਆ ਫਿਰਦਾ, ਔਰ ਸਾਰਿਆਂ ਨੂੰ ਇੱਕਜੁੱਟ ਹੋ ਕੇ ਮਹਾਰਾਜ ਦੇ ਚਲਾਏ ਹੋਏ ਪੰਥ 'ਤੇ ਸਾਨੂੰ ਚੱਲਣ ਦੀ ਲੋੜ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁੱਖ ਉਜਲੈ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਪਰਮਾਤਮਾ ਦਾ ਨਾਂ ਲਿਆ, ਚੰਗੇ ਕਰਮ ਕੀਤੇ, ਚੰਗੇ ਕੰਮ ਕੀਤੇ, ਉਹਨਾਂ ਦੇ ਮੁੱਖ ਇੱਥੇ ਵੀ ਉਜਲੇ ਆ ਅਤੇ ਅੱਗੇ ਵੀ ਉਜਲੇ ਆ। ਅੱਗੇ ਜਾ ਕੇ ਚੰਗਿਆਈਆਂ ਅਤੇ ਬੁਰਿਆਈਆਂ ਇਹ ਵਾਚੀਆਂ ਜਾਣੀਆਂ। ਅਸੀਂ ਇੱਥੇ ਵੀ ਜੇ ਚੰਗੇ ਕੰਮ ਕਰੀਏ, ਚੰਗੇ ਕਰਮ ਕਰੀਏ, ਆਉਣ ਵਾਲੀ ਜਨਰੇਸ਼ਨ, ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਬਜ਼ੁਰਗਾਂ ਤੋਂ ਸਾਡੇ ਕੋਲੋਂ ਇਹ ਸਿੱਖਿਆ ਲੈ ਕੇ ਮਹਾਰਾਜ ਦੇ ਨਾਲ ਜੁੜ ਸਕਦੀਆਂ, ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਸੀਂ ਕੋਈ ਚੰਗਾ ਕੰਮ ਕਰਕੇ ਜਾਈਏ, ਔਰ ਉਹਨਾਂ ਦੇ ਲਈ ਕੁਛ ਅਸੀਂ ਬਚਾ ਕੇ ਰੱਖੀਏ। ਕਿਉਂਕਿ ਸਾਡੇ ਮੁਲਕ ਦੇ ਅੰਦਰ, ਸਾਡੇ ਭਾਰਤ ਪੰਜਾਬ ਦੇ ਅੰਦਰ ਪਾਣੀ ਬਹੁਤ ਦੂਸ਼ਿਤ ਹੋ ਚੁੱਕਾ ਹੈ, ਨਾਲ ਹੀ ਵਾਤਾਵਰਨ ਬਹੁਤ ਦੂਸ਼ਿਤ ਹੋ ਚੁੱਕਾ ਆ। ਮੈਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਰਲ ਮਿਲ ਕੇ ਆਪਾਂ ਇਹ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ 550ਵੇਂ 'ਤੇ ਅਸੀਂ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣਾ, ਸਾਫ਼ ਸੁਥਰਾ ਰੱਖਣਾ, ਅਸੀਂ ਨਾ ਪਾਣੀ ਧੁੰਦਲਾ ਹੋਣ ਦੇਣਾ ਔਰ ਨਾ ਹੀ ਅਸੀਂ ਵਾਤਾਵਰਨ ਨੂੰ ਧੁੰਦਲਾ ਹੋਣ ਦੇਣਾ, ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਇਹ ਸਾਰੇ ਰਲ ਮਿਲ ਕੇ ਇੱਕਜੁੱਟ ਹੋ ਕੇ ਕਰ ਸਕਦੇ ਹਾਂ। ਅਸੀਂ ਅੱਜ ਜੋ ਪ੍ਰਣ ਕਰੀਏ ਕਿ ਅਸੀਂ ਗ੍ਰੀਨ ਦੀਵਾਲੀ ਮਨਾਉਣੀ, ਅੱਗੇ ਤੋਂ ਪਟਾਕੇ ਨਹੀਂ ਚਲਾਉਣੇ ਔਰ ਪਰਾਲੀਆਂ ਨੂੰ ਅੱਗਾਂ ਨਹੀਂ ਲਾਉਣੀਆਂ। ਜਿਸ ਚੀਜ਼ ਤੋਂ ਪੋਲਿਊਸ਼ਨ ਫੈਲਦਾ ਅਸੀਂ ਉਹ ਕੰਮ ਨਹੀਂ ਕਰਨੇ। ਜਦੋਂ ਅਸੀਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਜਿਹੜੇ ਸਾਹ ਦੇ ਮਰੀਜ਼ ਆ, ਆ ਦੀਵਾਲੀ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ, ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਔਰ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਅਸੀਂ ਚੰਗਾ ਸਮਾਜ ਸਿਰਜਣਾ, ਅਸੀਂ ਸਮਾਜ ਦੇ ਨਾਲ ਚੱਲਣਾ ਹੈਗਾ, ਅਸੀਂ ਸਮਾਜ ਨੂੰ ਚੰਗੀ ਸੇਧ ਦੇਣੀ ਆ, ਆਉਣ ਵਾਲੀ ਜਨਰੇਸ਼ਨ ਨੂੰ ਚੰਗੀ ਸੇਧ ਦੇਣੀ ਆ। ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਵਧੀਆ ਕੰਮ ਕਰਨੇ ਆ। ਜੇ ਸਾਨੂੰ ਮਹਾਰਾਜ ਨੇ ਜੀਵਨ ਦਿੱਤਾ ਆ, ਇਹ ਜੀਵਨ ਨੂੰ ਕਿਸੇ ਚੰਗੇ ਲੇਖੇ ਲਾਉਣਾ ਆ, ਅਸੀਂ ਚੰਗੀ ਕਿਰਤ ਕਰਨੀ ਆ ਔਰ ਚੰਗੀ ਸਮਾਜ ਨੂੰ ਸੇਧ ਦੇਣੀ ਆ। ਮਹਾਰਾਜ ਨੇ ਸ਼ਬਦ ਉਚਾਰਿਆ ਸੀਗਾ ਕਿ ਜਿੰਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜੰਨੀ ਵਾਂਝ ਰਹੇ ਕਾਹੇ ਗਵਾਵੇ ਨੂਰ। ਇੱਕ ਪਰਮਾਤਮਾ ਜਿਸ ਨੂੰ ਜਨਮ ਦਿੰਦਾ ਬੱਚੇ ਨੂੰ, ਉਹਦੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ ਆ। ਇੱਕ ਜਾਂ ਤਾਂ ਉਹ ਸੂਰਮਾ ਹੋਵੇ, ਜਾਂ ਉਹ ਦਾਨੀ ਹੋਵੇ, ਜਾਂ ਉਹ ਭਗਤ ਹੋਵੇ, ਜਾਂ ਦਾਤਾ ਵੰਡਣ ਵਾਲਾ ਹੋਵੇ ਜਾਂ ਭਗਤ ਹੋਵੇ, ਇਹ ਤਿੰਨਾਂ ਦੇ ਵਿੱਚੋਂ ਕੋਈ ਨਾ ਕੋਈ ਗੁਣ ਜ਼ਰੂਰ ਹੋਣਾ। ਔਰ ਜਿਹੜੀਆਂ ਮਾਤਾਵਾਂ ਦੇ ਜੰਨੀਆਂ ਨੇ, ਜਨਿਆ ਜਿਨ੍ਹਾਂ ਨੂੰ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭਗਤ, ਦੇਖੋ ਉਹਨਾਂ ਨੇ ਸਾਨੂੰ ਇੰਨੀ ਸਿੱਖਿਆ ਦਿੱਤੀ ਆ, ਜੇ ਤਾਂ ਅਸੀਂ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਔਰ ਨਾਲ ਹੀ ਮੈਂ ਇੱਕ ਅਪੀਲ ਕਰਦਾ ਕਿ ਅਸੀਂ ਭਰੂਣ ਹੱਤਿਆ ਨਹੀਂ ਕਰਨੀ। ਇਸ ਤੋਂ ਦੇਖੋ, ਇੱਕ ਬੇਟੀ ਜਦ ਪੈਦਾ ਹੁੰਦੀ ਆ ਔਰ ਮਾਂ ਬਾਪ ਦਾ ਘਰ ਸਵਾਰਦੀ ਆ, ਉਹ ਤੋਂ ਬਾਅਦ ਆਪਣੇ ਸਹੁਰੇ ਘਰ ਜਾ ਕੇ ਉਹਨਾਂ ਦਾ ਘਰ ਸਵਾਰਦੀ ਆ, ਪਹਿਲਾਂ ਬੇਟੀ ਪੈਦਾ ਹੁੰਦੀ ਆ, ਕਿਸੇ ਦੀ ਪੋਤੀ ਬਣਦੀ ਆ, ਕਿਸੇ ਦੀ ਦੋਹਤੀ ਬਣਦੀ ਆ, ਫਿਰ ਉਹ ਮਾਂ ਬਣਦੀ ਆ, ਮਾਂ ਬਣਨ ਤੋਂ ਬਾਅਦ ਫਿਰ ਦਾਦੀ ਬਣਦੀ ਆ, ਉਹ ਤੋਂ ਬਾਅਦ ਫਿਰ ਨਾਨੀ ਬਣਦੀ ਆ। ਇੱਕ ਬੱਚੀ ਦੇ ਨਾਲ ਪੂਰਾ ਜਿਹੜਾ ਸਰਬੰਸ ਚੱਲਦਾ ਆ। ਇਸ ਕਰਕੇ ਬੱਚੀਆਂ ਨੂੰ ਭਰੂਣ ਹੱਤਿਆ ਨਾ ਕਰੋ, ਕੁੱਖਾਂ ਦੇ ਵਿੱਚ ਨਾ ਮਾਰੋ, ਇਹ ਵੀ ਮੇਰੀ ਬੇਨਤੀ ਆ। ਦੂਜੀ ਮੈਂ ਹੋਰ ਬੇਨਤੀ ਕਰਦਾ ਕਿ ਸਾਡਾ ਪੰਜਾਬ ਦੇ ਅੰਦਰ ਜੋ ਨਸ਼ਿਆਂ ਦਾ ਛੇਵਾਂ ਦਰਿਆ ਚੱਲ ਰਿਹਾ ਹੈ, ਇਸ ਨੂੰ ਵੀ ਅਸੀਂ ਰੋਕਣਾ। ਅਸੀਂ ਜੇ ਅੱਜ ਦੇ ਦਿਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਤੇ ਮਹਾਰਾਜ ਦੇ ਅਸੀਂ ਇਹ ਪ੍ਰਣ ਕਰੀਏ ਕਿ ਅਸੀਂ ਇੱਕ ਬੰਦਾ, ਇੱਕ ਬੱਚੇ ਨੂੰ ਵੀ ਜੇ ਸਿੱਖਿਆ ਦੇ ਸਕੀਏ, ਉਹਨੂੰ ਚੰਗੇ ਰਸਤੇ ਪਾ ਸਕੀਏ, ਅਸੀਂ ਨਸ਼ਿਆਂ ਤੋਂ ਦੂਰ ਕਰ ਸਕੀਏ,
ਤਾਂ ਅਸੀਂ ਸਮਝਾਂਗੇ ਸਾਡੇ ਬਹੁਤ ਵੱਡੇ ਭਾਗ ਆ, ਅਸੀਂ ਕਿਸੇ ਨੂੰ ਕੋਈ ਚੰਗੇ ਰਸਤੇ ਪਾਇਆ। ਨਾਲ ਹੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਨਸ਼ਾ ਤਸਕਰਾਂ ਨੂੰ ਚੱਕ ਕੇ ਅੰਦਰ ਦਿਓ ਔਰ ਪੰਜਾਬ 'ਚੋਂ ਇਹ ਕੋਹੜ ਨੂੰ ਭਜਾਓ। ਰਲ ਮਿਲ ਕੇ ਸਾਰੇ ਇਸ ਨਸ਼ੇ ਨੂੰ ਦੂਰ ਕਰੀਏ। ਆਓ ਅਸੀਂ ਸਾਰਿਆਂ ਦੀ ਤੰਦਰੁਸਤੀ ਦੀ ਕਾਮਨਾ ਕਰੀਏ। ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਜਿਹੜਾ ਇਹ ਸਾਲ ਬਤੀਤ ਹੋ ਰਿਹਾ ਇਹ ਸੁੱਖਾਂ ਭਰਿਆ ਬਤੀਤ ਹੋਵੇ, ਆਉਣ ਵਾਲਾ ਜਿਹੜਾ ਸਾਲ ਆ ਉਹ ਸੁੱਖਾਂ ਭਰਿਆ ਆਵੇ। ਮਹਾਰਾਜ ਸਾਰਿਆਂ 'ਤੇ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਕਰੇ ਸਮੁੱਚੇ ਪੰਥ ਕੌਮ ਦੀ, ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ। ਮੈਂ ਇੱਕ ਵਾਰ ਫਿਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਜਨਮ ਦਿਨ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।